तो आप युवा नाल गलबात करते हैं भी इतने की विकास होया है तो युवा की सोच से अगले अगला जिहड़ा इलैक्शन है वह किहड़ी पार्टी MLA बना रहे हैं किहड़ी पार्टी वोट दे रहे हैं। तो मैं तुहाडे नाल गल करवांदा पिंड इचड़की तो अज साडा टीवी USA की टीम जिहड़ी पहुंची है वह पिंड इचड़की दे विच पहुंची है। तो आप युवा नाल गल करते हैं बई जी की नाम तुहाडा? कुलविंदर सिंह जी। नाम की विचार है ऐतकी वोटां दा? ऐतकी तो जी झाड़ू वाले जितणगे जी, झाड़ू वाले की सरकार आऊगी जी। ਤੁਸੀਂ ਐਤਕੀ ਝਾੜੂ ਵਾਲਿਆਂ ਨੂੰ ਵੋਟ ਦੇ ਰਹੇ ਹੋ, ਕਿਉਂ ਦੇ ਰਹੇ ਹੋ ਝਾੜੂ ਵਾਲਾ? ਇਹੋ ਜੀ ਕੀ ਉਹਨਾਂ ਦੀ ਗਰੰਟੀ ਤੋਂ ਤੁਸੀਂ ਲੁਭਾਏ ਗਏ ਹੋ? ਕੀ ਉਹਨਾਂ ਨੇ ਵਾਅਦੇ ਕੀਤੇ ਹੈ ਉਹ ਤੋਂ ਤੁਸੀਂ ਖੁਸ਼ ਹੋ? ਹਾਂਜੀ, ਅਸੀਂ ਉਹਨਾਂ ਤੋਂ ਖੁਸ਼ ਹਾਂ ਜੀ। ਚੰਗੇ ਸਕੂਲ, ਚੰਗੇ ਹਸਪਤਾਲ ਜੀ, ਚੰਗੇ ਉਹ ਕਹਿੰਦੇ ਵੀ ਪਾਣੀ ਦਾ ਪ੍ਰਬੰਧ ਜੀ। ਸਾਡੇ ਪਿੰਡ ਤਾਂ ਵਾਟਰ ਵਰਕਸ ਵੀ ਹੈ ਨਹੀਂਗਾ ਜੀ, ਠੀਕ ਹੈ ਜੀ। ਇੰਨਾ ਟਾਈਮ ਹੋ ਗਿਆ ਜਾਖੜ ਸਾਹਿਬ ਨੂੰ ਬੰਦ ਨੂੰ ਜੀ, ਸਾਡਾ ਤਾਂ ਅੱਜ ਤੱਕ ਕੁਛ ਕੀਤਾ ਨਹੀਂ, ਉਹ ਟੁੱਟੇ ਘਰ ਹੈ ਜੀ ਸਾਡੇ ਤਾਂ। ਅਸੀਂ ਤਾਂ ਇਹਨਾਂ ਦੇ ਕੰਮਾਂ ਤੋਂ ਖੁਸ਼ ਹਾਂ ਜੀ। ਇੱਕ ਮੌਕਾ ਅਸੀਂ ਆਮ ਆਦਮੀ ਪਾਰਟੀ ਨੂੰ ਦੇਵਾਂਗੇ ਜੀ, ਐਤਕੀ ਦੀਪ ਕੰਬੋਜ ਬਾਈ ਨੂੰ ਜਿਤਾਵਾਂਗੇ ਜੀ। ਦੀਪ ਕੰਬੋਜ ਦੇ ਨਾਲ ਹੋ ਤੁਸੀਂ? ਹਾਂਜੀ, ਪੂਰੇ ਡਟ ਕੇ ਨਾਲ ਹਾਂ ਜੀ ਅਸੀਂ। ਕਿੰਨੀਆਂ ਕੁ ਵੋਟਾਂ ਹੈ ਪਿੰਡ 'ਚ? ਪਿੰਡ 1400 ਵੋਟ ਹੈ ਜੀ, 1350-1400 ਵੋਟ ਹੈ ਜੀ। ਕਿੰਨੀ ਕੁ ਤੁਹਾਨੂੰ ਕੀ ਲੱਗਦਾ ਵੀ ਐਤਕੀ ਇਸ ਪਿੰਡ 'ਚੋਂ ਲੀਡ ਜਿਹੜੀ ਹੈ ਉਹ ਕਿਹੜੀ ਪਾਰਟੀ ਕਰੂਗੀ? ਆਮ ਆਦਮੀ ਪਾਰਟੀ ਕਰੂਗੀ, ਅੱਧ ਤੋਂ ਜ਼ਿਆਦਾ ਵੋਟ ਕਢਾਵਾਂਗੇ ਜੀ। ਸਾਰੇ ਪਿੰਡਾਂ ਦਾ ਜੀ, ਏਕਾ ਮੁੰਡਿਆਂ ਦਾ ਜੀ, ਸਾਰੇ ਬਜ਼ੁਰਗ ਬਜ਼ੁਰਗ ਸਾਡੇ ਨਾਲ ਹੈ ਜੀ, ਪੂਰਾ ਸਹਿਯੋਗ ਮਿਲਦਾ ਜੀ ਸਾਨੂੰ। ਹਾਂਜੀ ਬਾਈ ਜੀ, ਤੁਸੀਂ ਕਿਹੜੀ ਪਾਰਟੀ ਨੂੰ ਵੋਟ ਦਿਓਗੇ? ਆਮ ਆਦਮੀ ਨੂੰ ਜੀ। ਆਮ ਆਦਮੀ ਪਾਰਟੀ ਨੂੰ ਦਿਓਗੇ? ਕਿਉਂ ਦਿਓਗੇ ਆਮ ਆਦਮੀ ਪਾਰਟੀ ਨੂੰ ਵੋਟ? ਆਮ ਆਦਮੀ ਪਾਰਟੀ ਤਾਂ ਦੇ ਵੋਟ, ਠੀਕ ਹੈ ਜੀ, ਅਤੇ ਸਾਡੇ ਮਤਲਬ ਜੋ ਕਿ ਕੰਮ ਹੁੰਦੇ ਆ, ਠੀਕ ਹੈ, ਅੱਧ ਚਾਰ ਹੋ ਗਏ ਜਾਂਦੇ ਆ, ਠੀਕ ਹੈ, ਕਾਂਗਰਸ ਜੀ ਹੁੰਦੇ, ਠੀਕ ਹੈ। ਅਸੀਂ ਆਮ ਆਦਮੀ ਵੋਟ ਤਾਂ ਦਿੰਦੇ ਹਾਂ, ਠੀਕ ਹੈ ਜੀ, ਕਿਉਂਕਿ ਇਹ ਦੀਪ ਕੁਮਾਰ ਵਧੀਆ ਬਾਈ ਹੈ, ਠੀਕ ਹੈ, ਚੰਗਾ ਮਤਲਬ ਇਹਨੇ ਕਿਹਾ ਹਸਪਤਾਲ, ਠੀਕ ਹੈ, ਸਕੂਲ ਵਧੀਆ ਦੇਵਾਂਗੇ, ਠੀਕ ਹੈ, ਅਤੇ ਵਾਟਰ ਵਰਕ ਸਾਡੇ ਪਿੰਡ ਆਊਗਾ। ਪਾਣੀ ਇਹ ਸਾਡੇ ਆਉਂਦਾ ਨਹੀਂ, ਪਹੁੰਚਦਾ ਨਹੀਂ, ਉਹ ਮਤਲਬ ਪਰਲੇ ਪੱਤੀ, ਠੀਕ ਹੈ, ਉੱਧਰ ਜਾ ਕੇ ਆਏ, ਠੀਕ ਹੈ, ਅਤੇ ਉੱਧਰ ਮਤਲਬ ਪਾਣੀ ਪਹੁੰਚਦਾ ਜਿਹੜੇ ਮੁੱਲ ਦਾ ਟੈਂਕਰ ਪਾਣੀ ਪਵਾਉਂਦੇ। ਤੁਹਾਡੇ ਪਿੰਡ ਮਤਲਬ ਵਾਟਰ ਵਰਕਸ ਦਾ ਪਾਣੀ ਦਾ ਕੋਈ ਪ੍ਰਬੰਧ ਨਹੀਂ ਹੈ? ਹੈ ਨਹੀਂ ਜੀ, ਭੰਗਰ ਖੇਡੋ ਪਾਣੀ ਆਉਂਦਾ ਸਾਡੇ ਜੀ। ਤਾਂ ਕਾਂਗਰਸ ਸਰਕਾਰ 'ਚ ਇੰਨੇ ਵਾਅਦੇ ਕਰ ਰਹੀ ਹੈ ਕਿ ਅਸੀਂ ਘਰ ਘਰ ਪਾਣੀ ਪਹੁੰਚਾਤਾ, ਅਸੀਂ ਗਲੀਆਂ ਨਾਲੀਆਂ ਦਾ ਵਿਕਾਸ ਕੀਤਾ, ਅਸੀਂ ਬਹੁਤ ਪੈਸਾ ਐਤਕੀ ਅਬੋਹਰ ਹਲਕੇ ਨੂੰ, ਅਬੋਹਰ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਬਹੁਤ ਪੈਸਾ ਲਾਇਆ ਐਤਕੀ ਪਿੰਡਾਂ 'ਚ। ਨਾਲੀ ਸਾਡੇ ਪਿੰਡ ਇੱਕ ਵੀ ਦਿਖਾ ਦਿਓ ਜੀ, ਇੱਕ ਵੀ ਨਾਲੀ ਹੈਣੀ। ਉੱਥੇ ਆਪਾਂ ਸੱਥ 'ਤੇ ਬਜ਼ੁਰਗ ਵੀ ਬੈਠੇ ਸੀ, ਉਹ ਕਹਿੰਦੇ ਆ ਜੀ ਅਸੀਂ ਤਾਂ ਜਾਖੜ ਸਾਹਿਬ ਨੇ ਬਹੁਤ ਕੰਮ ਕੀਤੇ ਹੈ। ਸਾਡੇ ਪਿੰਡ ਤਾਂ ਵੇਖ ਲਓ ਆਹ ਗਲੀਆਂ, ਸਾਡੇ ਤਾਂ ਆਹ ਵੇਖ ਲਓ ਘਰ, ਹਾਂ, ਇੱਕ ਵੀ ਹੋਣੀ ਗਲੀ ਦਿਖਾਓ ਸਾਡੇ ਕੋਲ ਕਿੱਥੇ ਜੀ। ਬਾਬਾ ਜੀ ਤੁਸੀਂ ਫਿਰ ਐਤਕੀ ਵੋਟ? ਮੈਂ ਉੱਥੇ ਬਹਿ ਕੇ ਮੈਂ ਤਾਂ ਆਮ ਆਦਮੀ ਪਾਰਟੀ ਨੂੰ ਵੋਟ ਪਾਊਂਗਾ, ਆਮ ਆਦਮੀ ਪਾਰਟੀ ਲੜ ਕਰਕੇ ਪਾਵਾਂਗੇ ਨਾਲੇ। ਮੈਂ ਇਹ ਗੱਲ ਮੇਰੀ ਗੱਲ ਸੁਣ ਵੀ, ਹਾਂ, ਇੱਕ ਭਾਰਤੀ ਜਨਤਾ ਪਾਰਟੀ ਦਾ MLA ਕੀ ਉਹ ਸਿਟਿੰਗ MLA ਨਹੀਂ ਗਾ? ਕੀ ਉਹ ਹਬੋਰ ਦਾ ਵਿਕਾਸ ਨਹੀਂ ਕਰ ਸਕਦਾ? ਇੱਕ ABC ਆਦਮੀ ਜਿਹੜਾ ਕੁਛ ਮੈਂਬਰ ਨਹੀਂ, ਕਿੰਬਰ ਨਹੀਂ, ਕੁਛ ਨਹੀਂ, ਉਹ ਵਿਕਾਸ ਕਰਾਵੇ? ਕੀ ਇਹ ਲੋਕਰਾਜ ਲੋਕਤੰਤਰ ਦੀ ਹੱਤਿਆ ਨਹੀਂ? ਕਿਰਾਇਆ ਕੀ ਹੈ? ਸਹਬੋਰ ਦੀਆਂ ਕਚਹਿਰੀਆਂ ਤੁਸੀਂ ਵੜ ਨਹੀਂ ਸਕਦੇ ਮੀਂਹ ਆ ਜੇ, ਸਰਦੀ 'ਚ ਪਹਿਲਾਂ ਲੰਗਰ ਲਾ ਲਓ, ਕਚਹਿਰੀਆਂ ਜਾਣਾ, ਮੈਜਿਸਟਰੇਟ ਆਪਦੇ ਦਫ਼ਤਰ 'ਚ ਨਹੀਂ ਬਹਿ ਸਕਦਾ। ਹਜੇ ਵਿਕਾਸ ਬੋਲਦਾ? ਜਾਖੜ ਸਾਹਿਬ ਤਾਂ ਬੜਾ ਕਹਿ ਰਹੇ ਨੇ, ਉਹ 'ਚ ਆਖੀਏ ਮੈਂ ਬਹੁਤ ਕੁਛ ਆਖੂੰਗਾ। ਤਾਂ ਐਤਕੀ ਫਿਰ ਤੁਸੀਂ ਮਨ ਬਣਾ ਲਿਆ ਵੀ ਵੋਟ ਜਿਹੜਾ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਪਾਵਾਂਗੇ? ਠੀਕ ਹੈ ਬਾਬਾ ਜੀ। ਹਾਂਜੀ ਤੁਹਾਡਾ ਕੀ ਵਿਚਾਰ ਹੈ? ਆਮ ਪਾਰਟੀ ਨੂੰ ਪਾਵਾਂਗੇ ਜੀ। ਆਮ ਆਦਮੀ ਪਾਰਟੀ ਨੂੰ ਪਾਓਗੇ? ਹਾਂ ਬਾਬਾ ਜੀ, ਆਮ ਪਾਰਟੀ ਨੂੰ। ਆਮ ਪਾਰਟੀ ਸਹੀ ਹੈ ਜੀ। ਹਾਂ ਬਾਬਾ ਜੀ, ਆਮ ਪਾਰਟੀ ਨੂੰ ਪਾਵਾਂਗੇ। ਕਿਉਂ ਪਾਓਗੇ ਆਮ ਆਦਮੀ ਪਾਰਟੀ ਨੂੰ? ਇਹਦੇ 'ਚ ਜੀ ਅਸੀਂ ਇਹ ਤਾਂ ਪਹਿਲਾਂ ਤਾਂ ਇੰਨਾ ਚਿਰ ਬਣੀ ਗਏ, ਕੰਮ ਕੋਈ ਹੋਇਆ ਨਹੀਂ ਗਾ, ਅਸੀਂ ਆਖਿਆ ਕਿ ਬਦਲ ਕੇ ਵੇਖ ਲੈਂਦੇ ਆਹ ਸਰਕਾਰ ਕਰਕੇ, ਆਹ ਨਵਾਂ ਵੇਖਾਂਗੇ ਹੁਣ ਵੀ ਕੀ ਕੁਛ ਹੋਊਗਾ। ਨਵਾਂ ਵਿਚਾਰ ਬਣਾ ਲਿਆ, ਨਵੀਂ ਪਾਰਟੀ ਨੂੰ ਦੇਖ? ਹਾਂ, ਨਵਾਂ ਵੇਖਾਂਗੇ। ਕਿਵੇਂ ਬਾਈ? ਹਾਂਜੀ, ਆਮ ਪਾਰਟੀ। ਆਮ ਪਾਰਟੀ ਬਿਲਕੁਲ। ਤਾਂ ਤੁਸੀਂ ਦੇਖ ਰਹੇ ਹੋ ਜਾ ਰਹੇ ਹੈ, ਤਾਂ ਬਣੇ ਰਹੋ ਸਾਡੇ ਨਾਲ। ਕਾਨਾ ਰਾਮ ਸੇਨ, ਸਾਡਾ TV USA।